ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਜੀ ਦੀ ਸੇਵਾ ਦੇ ਵਿੱਚ ਇੱਕ ਬਹੁਤ ਹੀ ਅਹਿਮ ਤੇ ਖਾਸ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਆ ਜਿਸ ਦਾ ਸਬੰਧ ਸਿੱਧੇ ਸਿੱਧੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਨਾਲ ਜੁੜਦਾ ਹੈ ਸੋ ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦੇ ਹੋਏ ਜਿਹੜੇ ਮੇਰੇ ਅੱਜ ਦੇ ਮਹਿਮਾਨ ਨੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਦੇ ਨਾਲ ਆਪ ਜੀ ਨੂੰ ਗੱਲਬਾਤ ਕਰਾਉਣਾ ਤੇ ਜਿਹੜੀ ਕੀ ਗੱਲ ਸੰਗਤ ਤੱਕ ਪਹੁੰਚਣੀ ਚਾਹੀਦੀ ਹੈ ਜਾਂ ਉਸ ਦੇ ਪਿੱਛੇ ਕਿੱਥੇ ਤੱਕ ਤਾਰਾਂ ਜੁੜਦੀਆਂ ਨੇ ਜਾਂ ਕੀ ਹੈ ਸਾਰਾ ਮੁੱਦਾ ਉਹਦੇ ਬਾਰੇ ਆਪਾਂ ਲੈਣੇ ਆਂ ਜੀ ਜਾਣਕਾਰੀ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਭਾਈ ਕਪਤਾਨ ਸਿੰਘ ਤੇ ਭਾਈ ਪਰਮਜੀਤ ਸਿੰਘ ਜੀ ਢਾਡੀ ਹੁਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਪਤਾਨ ਸਿੰਘ ਜੀ ਮੈਂ ਆਪ ਜੀ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗਾ ਜੀ ਕਿ ਸੋਸ਼ਲ ਮੀਡੀਆ ਜਿੱਥੇ ਸੰਗਤਾਂ ਦੇ ਵਾਸਤੇ ਸਮੇਂ-ਸਮੇਂ ਦੇ ਉੱਪਰ ਦੁਨੀਆ ਭਰ ਦੀਆਂ ਗੱਲਾਂ ਸਾਂਝੀਆਂ ਕਰਦਾ ਪਰ ਉੱਥੇ ਹੀ ਸੋਸ਼ਲ ਮੀਡੀਆ ਦੀ ਜਿਹੜੀ ਵਰਤੋਂ ਆ ਉਹ ਕਈ ਵਾਰ ਨਿੱਜੀ ਮੁਫਾਦਿਆਂ ਦੇ ਵਾਸਤੇ ਬਹੁਤ ਵੱਧ ਹੋਣ ਲੱਗ ਪਈ ਆ ਤੇ ਜਿਹਦੇ ਮਨ ਦੇ ਅੰਦਰ ਜੋ ਵੀ ਆਵੇ ਉਹ ਆਪਣੇ ਮਨ ਦੀ ਪੜਾਅ ਸ ਜਿਹੜੀ ਉਹ ਸੋਸ਼ਲ ਮੀਡੀਆ ਰਾਹੀਂ ਕੱਢਣੀ ਚਾਹੁੰਦਾ। ਸੋ ਮੈਂ ਸਿੱਧਾ ਆਪ ਜੀ ਨੂੰ ਇਹ ਪੁੱਛਣਾ ਚਾਹਾਂਗਾ ਕਿ ਇੱਕ ਤਾਜ਼ਾ ਜਿਹੜੀ ਇੱਕ ਫੋਟੋ ਵਾਇਰਲ ਹੋਈ ਹੈ ਜਿਹਦੇ ਵਿੱਚ ਆਪ ਜੀ ਦਾ ਭਾਈ ਪਰਮਜੀਤ ਸਿੰਘ ਜੀ ਢਾਡੀ ਭਾਈ ਰਗਵੀਰ ਸਿੰਘ ਜੀ ਤੇ ਦਾਸ ਮੇਰਾ ਨਾਮ ਵੀ ਜਿਹੜਾ ਉਹ ਸ਼ਾਮਲ ਕੀਤਾ ਗਿਆ ਹੈ ਕਿ ਜੋ ਜਗਤਾਰ ਸਿੰਘ ਜੀ ਜੱਗੀ ਜੋਹੜ ਜਿਹੜੇ ਨੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਹਰਾਸਤ ਵਿੱਚ ਹਨ ਉਹਨਾਂ ਨੂੰ ਫਸਾਉਣ ਵਿੱਚ ਤੁਹਾਡਾ ਸਿੱਧਾ ਹੱਥ ਹੈ ਤੇ ਤੁਸੀਂ ਸਰਕਾਰੀ ਏਜੰਸੀਆਂ ਤੋਂ ਪੈਸੇ ਲੈ ਕੇ ਜਿਹੜਾ ਉਪਦੇਸ਼ਾਂ 'ਚੇ ਕੰਮ ਕਰਦੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਏ ਭਾਈ ਭਗੈਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੀ ਇਹ ਜਿਹੜੀ ਫੋਟੋ ਵਾਇਰਲ ਹੋਈ ਹੈ ਪਹਿਲੀ ਵਾਰੀ ਨਹੀਂ ਹੋਈ ਜਦੋਂ ਵੀ ਅਸੀਂ ਜਥੇਬੰਦਕ ਤੌਰ ਤੇ ਪੰਥਕ ਕਾਰਜਾਂ ਵਾਸਤੇ ਜਾਂ ਕੌਮੀ ਕਾਰਜਾਂ ਵਾਸਤੇ ਅੱਗੇ ਵਧੇ ਆਂ ਤੇ ਉਹਦੇ ਵਿੱਚ ਅਰਚਨਾ ਪਾਉਣ ਵਾਸਤੇ ਕੁਝ ਲੋਕਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਕੂੜ ਦਾ ਜਿਹੜਾ ਪ੍ਰਚਾਰ ਕੀਤਾ ਗਿਆ ਪਿਛਲੇ ਦਿਨਾਂ ਸੰਗਤਾਂ ਨੇ ਵੇਖਿਆ ਹੋਊਗਾ ਜਦੋਂ ਅਸੀਂ ਪ੍ਰੋਫੈਸਰ ਭੁੱਲਰ ਹੁਣਾ ਦੀਆਂ ਗਰਦੀਪ ਸਿੰਘ ਖੈਰੇ ਹੁਣਾ ਦੀਆਂ ਪਰੋਲਾਂ ਵਾਸਤੇ ਜਦੋਂ ਯਤਨ ਕੀਤੇ ਸੀ ਉਦੋਂ ਵੀ ਬਹੁਤ ਕੁਝ ਆਇਆ ਸੀਗਾ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਿਸ ਨਾਲ ਉਸ ਅਸੀਂ ਕਾਮਯਾਬ ਹੋ ਗਏ ਸੀ ਤੇ ਉਦੋਂ ਇਹ ਸਾਰਾ ਕੁਝ ਜਿਹੜਾ ਬੰਦ ਹੋ ਗਿਆ ਮੇਰੇ ਕਹਿਨ ਦਾ ਜਦੋਂ ਵੀ ਅਸੀਂ ਪੰਥਕ ਕਾਰਜਾਂ ਵਾਸਤੇ ਚੱਲਦੇ ਆਂ ਤੇ ਉਦੋਂ ਅਰਚਨਾ ਪਾਉਣ ਵਾਸਤੇ ਇਹੋ ਜਿਹਾ ਕੂੜ ਪ੍ਰਚਾਰ ਹੁੰਦਾ ਜਿੱਥੇ ਆਪਾਂ ਅੱਜ ਤਿੰਨ ਸਿੰਘ ਆਪਾਂ ਬੈਠੇ ਆਂ ਭ ਪਰ ਐਤਵਾਰ ਦੀ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਡੈਥ ਹੋ ਗਈ ਐ ਇਸ ਕਰਕੇ ਉਹ ਸਾਡੇ ਚ ਸ਼ਾਮਲ ਜਿਹੜਾ ਵਾ ਉਹ ਨਹੀਂ ਹੋ ਸਕੇ ਪਰ ਲੋਕਾਂ ਵੱਲੋਂ ਇਹ ਯਤਨ ਕੀਤੇ ਜਾ ਰਹੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਜਾਂ ਕਿ ਪੰਥਕ ਕਾਰਜਾਂ ਵਿੱਚ ਅਰਚਨਾ ਪਾਉਣ ਵਾਸਤੇ ਪਰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿੰਨੇ ਮਰਜ਼ੀ ਕੋਈ ਜਿੰਨਾ ਮਰਜ਼ੀ ਕੋਈ ਕੂਟ ਦਾ ਪ੍ਰਚਾਰ ਕਰ ਲੇ ਜੋ ਮਰਜ਼ੀ ਕਰ ਲੇ ਅਸੀਂ ਹੱਕ ਸੱਚ ਦੀ ਆਵਾਜ਼ ਤੇ ਜਿਹੜੇ ਪੰਥਕ ਕਾਰਜ ਆ ਆਪਣੇ ਨਿਸ਼ਾਨੇ ਦੇ ਵੱਲ ਨੂੰ ਜਿਹੜਾ ਵਾ ਇਦਾਂ ਹੀ ਜਿਹੜਾ ਚੱਲਦੇ ਰਾਵਾਂਗੇ ਉਹਦੇ ਤੋਂ ਅਸੀਂ ਰਤੀ ਵੀ ਟਸਮਸ ਨਹੀਂ ਹੋਵਾਂਗੇ ਭਾਵੇਂ ਜੋ ਕੋਈ ਮਰਜ਼ੀ ਯਤਨ ਕਰਦਾ ਰਹੇ ਭਾਈ ਕਪਤਾਨ ਸਿੰਘ ਜੀ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ ਤੁਸੀਂ ਜ਼ਿਕਰ ਕੀਤਾ ਕਿ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਹੋ ਚੁੱਕਾ ਹੈ ਸੋ ਉਸ ਵਕਤ ਵੀ 10 ਦਾ ਨਾਮ ਵੀ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਬਹੁਤ ਜਲਦ ਜਿਹੜਾ ਆ ਉਹ ਸਬੂਤ ਪੇਛੇ ਚਾਈ ਲੜਨ ਦੀ ਗੱਲ ਹੈਗੀ ਸੋ ਇਸ ਵਾਰ ਵੀ ਇਹ ਗੱਲ ਕਹੀ ਗਈ ਹੈ ਕਿ ਜੀ ਬਹੁਤ ਜਲਦ ਸਬੂਤ ਪੇਸ਼ ਕੀਤੇ ਜਾਣਗੇ ਸੋ ਜਦੋਂ ਫੋਟੋਆਂ ਵਾਇਰਲ ਕੀਤੀਆਂ ਜਾਂਦੀਆਂ ਨੇ ਤਾਂ ਉਸ ਵਕਤ ਸਬੂਤ ਕਿਉਂ ਨਹੀਂ ਨਾਲ ਪੇਸ਼ ਕੀਤੇ ਜਾਂਦੇ ਇਹਦਾ ਜਵਾਬ ਤਾਂ ਚਲੋ ਆਪਾਂ ਨਹੀਂ ਦੇ ਸਕਦੇ ਜਾਂ ਤੁਸੀਂ ਨਹੀਂ ਦੇ ਸਕਦੇ ਪਰ ਕੀ ਕਹੋਗੇ ਵੀ ਤੁਹਾਡਾ ਵਿਰੋਧ ਹੁੰਦਾ ਕਿਉਂ ਹੈ ਇਹਦੇ ਪਿੱਛੇ ਕਾਰਨ ਕੀ ਹੈ ਇਕੱਲਾ ਤੁਹਾਡਾ ਹੀ ਹੁੰਦਾ ਹੈ ਇਹ ਭਾਈ ਬਘੇਲ ਸਿੰਘ ਜੀ ਇਹ ਆਮ ਸੰਗਤਾਂ ਨੂੰ ਪਤਾ ਵੀ ਅਸੀਂ ਦਮਦਮੀ ਟਕਸਾਲ ਦੇ ਨਾਲ ਖੜੇ ਆਂ ਸੁਧਾਤ ਦੇ ਨਾਲ ਖੜੇ ਆਂ ਮਰਿਆਦਾ ਦੇ ਨਾਲ ਖੜੇ ਆਂ ਜਦੋਂ ਵੀ ਸਿਧਾਂਤ ਮਰਿਆਦਾ ਦੇ ਉਲਟ ਕਿਸੇ ਵੀ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਜਦੋਂ ਕੋਈ ਪ੍ਰੋਗਰਾਮ ਹੁੰਦੇ ਅਸੀਂ ਕਦੀ ਇਹ ਵਿਸ਼ੇ ਛੇੜਨ ਦਾ ਯਤਨ ਨਹੀਂ ਕੀਤਾ ਪਰ ਜਦੋਂ ਵੀ ਕੋਈ ਇਹੋ ਜਿਹਾ ਵਿਸ਼ੇ ਛੇੜਦਾ ਤੇ ਅਸੀਂ ਉਹਨੂੰ ਸੀਸਾ ਜ਼ਰੂਰ ਵਿਖਾਉਨੇ ਪਾਈ ਮਰਿਆਦਾ ਤੇ ਸਿਧਾਂਤ ਆ ਚੀਜ਼ ਆ ਜੋ ਲੋਕਾਂ ਨੂੰ ਗੁਵਾਰਾ ਨਹੀਂ ਹੈਗੀ ਤੇ ਉਹ ਉਹਦੇ ਇਵਜ਼ ਵੱਲੋਂ ਸਾਨੂੰ ਬਦਨਾਮ ਕਰਨ ਵਾਸਤੇ ਇਦਾਂ ਨੇ ਕਰਦੇ ਪਿੱਛੇ ਜੇ ਇੱਕ ਬੀਬੀ ਗਿੱਲ ਨਾਂ ਦੀ ਪੱਤਰਕਾਰ ਚੰਡੀਗੜ੍ਹ ਤੋਂ ਉਹਨੇ ਵੀ ਇੱਕ ਵੀਡੀਓ ਕੱਢੀ ਸੀ ਤੇ ਨਾਲ ਉਹਨੇ ਕਿਹਾ ਸੀ ਵੀ ਛੇਤੀ ਜਿਹੜੀ ਦੂਜਾ ਭਾਗ ਵੀ ਇਹਦਾ ਆੜ ਕੇ ਖਲਾਸੀ ਹੋਣਗੇ ਉਹ ਅਜੇ ਤੱਕ ਨਾ ਬੀਬੀ ਲੱਭੀ ਤੇ ਨਾ ਮ ਤੇ ਨਾ ਖਲਾਸੇ ਲੱਭੇ ਹੁਣ ਵੀ ਜਿਹੜਾ ਉਹ ਤੇ ਕਿਹਾ ਗਿਆ ਭਾਈ ਅਸੀਂ ਅਕਾਊਂਟ ਨੰਬਰ ਇਹਨਾਂ ਦੇ ਸ਼ੋਅ ਕਰਾਂਗੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਲਦੀ ਤੋਂ ਜਲਦੀ ਜਿਹਦੇ ਕੋਲੋਂ ਵੀ ਇਹ ਪ੍ਰੂਫ ਹੈਗੇ ਨੇ ਉਹ ਸੰਗਤ ਦੀ ਕਚੈਰੀ 'ਚ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਪੰਜਾਂ ਸਿੰਘਾਂ ਦੇ ਅੱਗੇ ਲਿਆ ਕੇ ਉਹ ਪ੍ਰੂਫ ਰੱਖ ਦੇਣ ਕਿਸੇ ਵੀ ਦੁਨੀਆ ਦੇ ਕੋਨੇ ਤੇ ਸਾਨੂੰ ਸੱਦ ਲਿਆ ਜਾਵੇ ਜੇ ਉਹ ਪ੍ਰੂਫ ਸਾਬਤ ਕਰ ਦੇਣ ਤੇ ਸੰਗਤ ਦੀਆਂ ਜੁੱਤੀਆਂ ਤੇ ਸਾਡੇ ਸੇਰ ਹੋਣਗੇ ਤੇ ਜੇ ਉਹ ਪ੍ਰੂਫ ਨਹੀਂ ਕਰ ਸਕਦੇ ਤੇ ਜੁੱਤੀਆਂ ਸੰਗਤ ਦੀਆਂ ਹੋਣੀਆਂ ਪਰ ਸੇਰ ਉਹਨਾਂ ਲੋਕਾਂ ਦੇ ਹੋਣਗੇ ਦੂਸਰੀ ਗੱਲ ਭਾਈ ਮਘੇਲ ਸਿੰਘ ਜੀ ਇਹ ਆ ਕਿ ਜਦੋਂ ਵੀ ਸਿੱਖਾਂ ਦੇ ਕੋਲ ਹੈਗੀ ਆ ਅੰਮ੍ਰਿਤ ਸਿੱਖਾਂ ਦੇ ਕੋਲ ਪੰਜ ਬਾਣੀਆਂ ਸਿੱਖਾਂ ਦੇ ਕੋਲ ਅਰਦਾਸ ਆ ਪਰ ਇਸ ਚੀਜ਼ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਜਦੋਂ ਅਸੀਂ ਸਿਧਾਂਤ ਤੋਂ ਜਾਣੂ ਕਰਾਉਂਦੇ ਆ ਤੇ ਉਦੋਂ ਜਿਹੜੇ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਕੂਰ ਪ੍ਰਚਾਰ ਕਰਦੇ ਨੇ ਅਸੀਂ ਸੰਗਤਾਂ ਦੇ ਵਿੱਚ ਵਿਚਰਦੇ ਆ ਸੰਗਤਾਂ ਸਾਨੂੰ ਤਕਰੀਬਨ ਲੋਕਲ ਸੰਗਤਾਂ ਜਾਣਦੀਆਂ ਵੀ ਅਸੀਂ ਆਪਣੀ ਕਿੱਥੇ ਕਿਰਤ ਕਮਾਈ ਤੇ ਕਿੱਥੇ ਅਸੀਂ ਜਿਹੜੀ ਆਪਣੀ ਮਿਹਨਤ ਜਿਹੜਾ ਕਰ ਰਹੇ ਆ ਪਰ ਅਸੀਂ ਜਿਹੜੀ ਭਾਈ ਭਗੇਲ ਸਿੰਘ ਜੀ ਜੋ ਪੰਥ ਦੀ ਸੇਵਾ ਕੌਮ ਦੀ ਸੇਵਾ ਉਹ ਇਸੇ ਤਰ੍ਹਾਂ ਹੀ ਅਸੀਂ ਨਿਰੰਤਰ ਜਾਰੀ ਰੱਖਾਂਗੇ ਜਿਸ ਤਰੀਕੇ ਦੇ ਨਾਲ ਮਰਜੀ ਜਿਹੜਾ ਲੋਕੀਆ ਆਪਣਾ ਯਤਨ ਕਰਦੇ ਰਹਿਣ ਇਹ ਮੈਂ ਅੱਗੇ ਭਾਈ ਪਰਮਜੀਤ ਸਿੰਘ ਜੀ ਤੁਹਾਡੇ ਕੋਲ ਆਉਣਾ ਚਾਹਾਂਗਾ ਕਿ ਜੋ ਜਗਤਾਰ ਸਿੰਘ ਜੱਗੀ ਵੀਰ ਨੂੰ ਪੰਜਾਬ ਪੁਲਿਸ ਵੱਲੋਂ ਰਾਸਤੇ ਵਿੱਚ ਲਿਆ ਗਿਆ ਬਹੁਤ ਸਾਰੇ ਪ੍ਰੋਗਰਾਮ ਕੀਤੇ ਗਏ ਭਾਈ ਕਪਤਾਨ ਸਿੰਘ ਜੀ ਜਾਂ ਦਾਸ ਵੱਲੋਂ ਵੀ ਅਸੀਂ ਪ੍ਰੋਗਰਾਮ ਮੀਡੀਆ ਦੇ ਉੱਪਰ ਵੀ ਕੀਤੇ ਨੇ ਟੈਲੀਵਿਜ਼ਨ ਚੈਨਲਾਂ ਦੇ ਉੱਪਰ ਵੀ ਕੀਤੇ ਨੇ ਤੇ ਉਸ ਵੀਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਸ ਪਰਿਵਾਰ ਦੇ ਨਾਲ ਜਾਂ ਉਸ ਘਟਨਾ ਦੇ ਨਾਲ ਤੁਹਾਡਾ ਕੋਈ ਸਬੰਧ ਹੈ ਜਾਂ ਕਿਸੇ ਤਰੀਕੇ ਦੇ ਨਾਲ ਤੁਹਾਡਾ ਕੋਈ ਲਿੰਕ ਜੁੜਦਾ ਹੈ ਉਹਦੇ ਸਬੰਧ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਰਿਵਾਰਕ ਸਬੰਧ ਉਹਨਾਂ ਨਾਲ ਕੋਈ ਨਹੀਂਗਾ ਪਰ ਜਿਹੜਾ ਜਗਜੀਤ ਸਿੰਘ ਜੱਗੀ ਆ ਨਾ ਅਸੀਂ 2-3 ਵਾਰੀ ਉੱਥੇ ਗਲਾਸਗੋ ਪ੍ਰੋਗਰਾਮ ਤੇ ਗਏ ਸੀ ਢਾਡੀ ਜੱਥੇ ਦੇ ਨਾਲ ਉੱਥੇ ਜ਼ਰੂਰ ਮਿਲਿਆ ਮੈਨੂੰ ਉੱਥੇ ਮੈਨੂੰ ਉਹਦਾ ਬਾਲਾ ਪਤਾ ਨਹੀਂ ਸਿਰਫ ਇੰਨਾ ਵੀ ਜੱਥੇ 'ਚ ਉੱਥੇ ਮਿਲੇ ਆ ਉੱਥੇ ਬਸ ਕੀ ਹਾਲ ਚਾਲ ਹੈ ਕੀ ਹਾਲ ਚਾਲ ਹੈ ਇਹ ਤੂੰ ਬਾਦ ਨਾਮ ਹੈ ਉਹਨੂੰ ਜਾਣਦਾ ਤਾਂ ਨਾ ਉਹ ਮੈਨੂੰ ਜਾਣਦਾ ਤੇ ਜਿਹੜੀ ਗੱਲ ਇਹ ਕਹੀ ਜਾਂਦੀ ਹੈ ਕਿ ਜੀ ਤੁਹਾਡਾ ਤੇ ਨਾਲ ਮੇਰਾ ਵੀ ਨਾਂ ਸ਼ਾਮਲ ਹੁੰਦਾ ਹੈ ਸੋ ਵੀ ਸਿੱਧੇ ਤੌਰ ਤੇ ਉੱਪਰ ਪੰਜਾਬ ਚ ਉਹਨੂੰ ਪਸਾਉਣ ਵਾਲੇ ਇਹ ਚਾਰ ਬੰਦੇ ਨੇ ਸੋ ਇਹਦੇ ਪਿੱਛੇ ਕੀ ਸਚਾਈ ਹੈ ਜਾਂ ਤੁਹਾਡਾ ਕੀ ਪੱਖ ਹੈ ਦੇਖੋ ਜੇ ਕਿਸੇ ਦੇ ਕੋਲ ਪ੍ਰੂਫ ਹੈਗਾ ਤਾਂ ਫਿਰ ਉਹਨੂੰ ਮੀਡੀਆ ਚ ਕਿਉਂ ਨਹੀਂ ਕਿਸੇ ਵੀ ਜਾ ਕੇ ਟੀਵੀ ਤੇ ਸਾਹਮਣੇ ਆ ਜਾਣਾ ਚਾਹੀਦਾ ਵੀ ਆਹ ਪ੍ਰੂਫ ਆ ਇਹਨਾਂ ਬੰਦਿਆਂ ਨੇ ਇਹ ਬੰਦੇ ਫੜਾਏ ਆ ਤੇ ਸਭ ਨੂੰ ਪੰਥ ਸਜ਼ਾ ਦੇਵੇ ਫਿਰ ਕੋਕੇ ਕਾਦੇ ਰੱਖਿਆ ਮੀਡੀਆ ਤੇ ਐਦਾਂ ਮੂੰਹ ਰੋਕੇ ਕਾਦੇ ਪਾਉਂਦੇ ਆ ਇਹ ਉਹ ਲੋਕ ਨੇ ਜਿਹੜੇ ਨਿਰੰਕਾਰੀ ਤੇ ਨਾਰਕਾ ਧਾਰੀਏ ਆ ਤੇ ਬਹਿਰੂਪੀਏ ਆ ਜੇ ਸੱਚੇ ਆ ਗੁਰੂ ਦੇ ਸਿੱਖ ਤੇ ਫਿਰ ਡਰਨ ਵਾਲੀ ਕਿਹੜੀ ਜ਼ਰੂਰਤ ਆ ਪੂਰਾ ਨਾਂ ਹੁਣ ਸਾਡਾ ਨਾਂ ਆ ਮੇਰਾ ਡਰੈੱਸ ਹੈਗਾ ਸਾਰਾ ਕੁਝ ਆ ਜਿੰਨੇ ਵੀ ਮੇਰੇ ਨਾਲ ਗੱਲ ਕਰਨੀ ਹੋਵੇ ਸਾਰੀ ਦੁਨੀਆ ਜਿੱਥੋਂ ਮਰਜੀ ਲੈ ਲਓ ਅਸੀਂ ਲੁਕਾਉਂਦੇ ਥੋੜੋ ਮੇਰਾ ਨਾਂ ਦਾ ਨਹੀਂ ਕਿਸੇ ਨੂੰ ਪਤਾ ਮੇਰੇ ਡਰੈੱਸ ਦਾ ਨਹੀਂ ਪਤਾ ਜਾਂ ਮੇਰਾ ਟੈਲੀਫੋਨ ਨੰਬਰ ਦਾ ਨਹੀਂ ਪਤਾ ਦੁਨੀਆ ਤੋਂ ਜਿੱਥੋਂ ਮਰਜੀ ਲੈ ਲਓ ਤੇ ਜੇ ਉਹ ਇੰਨੇ ਜੋਗੇ ਹੈਗੇ ਆ ਤਾਂ ਉਹਨਾਂ ਨੂੰ ਨਾਂ ਐਡਰੈਸ ਦੇਣਾ ਚਾਹੀਦਾ ਅਸੀਂ ਚੱਲ ਕੇ ਉਹਨਾਂ ਭਰਾਵਾਂ ਕੋਲ ਚੱਲ ਚੱਲਦੇ ਆ ਕਿਉਂਕਿ ਉਹ ਪੰਥ ਆ ਅਸੀਂ ਤਾਂ ਅਸੀਂ ਗੁਰੂ ਕੇ ਸਿੱਖ ਆ ਅਸੀਂ ਉਹਨਾਂ ਦੇ ਜਾ ਕੇ ਮੋਰੇ ਫਰਿਆਦੀ ਹੋਨੇ ਲਿਆਓ ਬਈ ਸਬੂਤ ਜਿਹੜੇ ਹੈਗੇ ਆ ਫਿਰ ਇਦਾਂ ਪਾ ਦੇਣੇ ਅਸੀਂ ਉਹਨਾਂ ਦੇ ਜੀ ਅਕਾਊਂਟ ਨੰਬਰ ਦੇ ਦੇਾਂਗੇ ਜੀ ਇਹ ਤਨਖਾਹਾਂ ਲੈਂਦੇ ਆ ਇਹ ਜੋ ਬੋ ਕੁੱਤੇ ਭੌਂਕਦੇ ਕੋਈ ਨਹੀਂ ਪੁੱਛਦਾ ਇਹੋ ਜian ਨੂੰ ਸਿਰਫ ਬਕਵਾਸ ਆ ਸੋ ਭਾਈ ਬਰਮਜੀਤ ਸਿੰਘ ਢਾਡੀ ਹੁਣਾਂ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਤੇ ਇੱਥੇ ਮੈਂ ਗੱਲ ਦਾ ਜ਼ਿਕਰ ਕਰ ਦੇਣਾ ਚਾਹੁੰਨਾ ਹੈ ਕਿ ਭਾਈ ਜਗਤਾਰ ਸਿੰਘ ਜੱਗੀ ਜੋਹੜ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਦੇ ਮੈਂਬਰ ਸਹਿਬਾਨ ਜਿਹੜੇ ਬਰਮੀਗਮ ਦੇ ਵਿੱਚ ਵੀ ਰਹਿੰਦੇ ਨੇ ਦਾਸ ਨੂੰ ਜਿਹੜਾ ਉਹ ਗਾਂ ਤੋਂ ਗਾਂ ਉਹਨਾਂ ਦੀ ਜਾਣਕਾਰੀ ਦੇ ਰਾਹੀਂ ਮਿਲੇ ਵੀ ਸਨ ਸੋ ਪਰਿਵਾਰ ਨੂੰ ਤੇ ਨਹੀਂ ਮਿਲਿਆ ਪਰ ਉਹਨਾਂ ਨੇ ਸੁਨੇਹਾ ਭੇਜਿਆ ਸੀ ਕਿ ਭਾਈ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੁੰਡੇ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਗਰਾਮ ਪੇਸ਼ ਕਰਕੇ ਹਾਂ ਦਾ ਨਾਹਰਾ ਮਾਰਿਆ ਤੇ ਗਲਾਸਗੋ ਤੋਂ ਵੀ ਉਸ ਵੀਰ ਦਾ ਜਿਹੜਾ ਭਰਾ ਹੈ ਤੇ ਉਸ ਦੇ ਨਾਲ ਸਬੰਧ ਕਾਇਮ ਕੀਤੇ ਜਾਣ ਉਹਨਾਂ ਨੂੰ ਜਾਣਕਾਰੀ ਲਵੇ ਕਿ ਭਾਈ ਤੁਹਾਡੇ ਬੱਚੇ ਨੂੰ ਫੜਾਉਣ ਦੇ ਵਿੱਚ ਤੇ ਉਸ ਨੂੰ ਛਡਾਉਣ ਦੇ ਵਿੱਚ ਕਿਹਨਾਂ ਦਾ ਹੱਥ ਹੈ ਸੋ ਮੇਰਾ ਖਿਆਲ ਇਸ ਦਾ ਜਵਾਬ ਪਰਿਵਾਰ ਜਿਹੜਾ ਉਹ ਆਪ ਜੀ ਨੂੰ ਬਿਹਤਰ ਤਰੀਕੇ ਨਾਲ ਦੇ ਸਕਦਾ ਭਾਈ ਕਪਤਾਨ ਸਿੰਘ ਜੀ ਇੱਥੇ ਮੈਂ ਆਪ ਜੀ ਨੂੰ ਇਹ ਵੀ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਜੀ ਤੁਸੀਂ ਗੱਲ ਕੀਤੀ ਦਮਦਮੀ ਟਕਸਾਲ ਦੀ ਸਿਧਾਂਤ ਦੀ ਤੇ ਜਿਹੜੀ ਟਕਸਾਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸਾਜਿਆ ਰਹਿਤ ਮਰਿਆਦਾ ਦਿੱਤੀ ਗੁਰਬਾਣੀ ਪੜਾਉਣੀ ਤੇ ਨਾਲ ਕਥਾ ਦੇ ਰਾਹੀਂ ਸੰਗਤਾਂ ਤੱਕ ਪ੍ਰਚਾਰ ਕਰਨਾ ਉਹ ਸਾਰੀ ਜ਼ਿੰਮੇਵਾਰੀ ਦਿੱਤੀ ਤੇ ਜਿਹੜਾ ਵੀ ਸਿੱਖ ਉਸ ਦੀ ਗੱਲ ਕਰਦਾ ਹੈ ਤੇ ਉਸ ਦਾ ਮੇਰਾ خیال ਹਰ ਇੱਕ ਦਾ ਹੀ ਵਿਰੋਧ ਹੋਣ ਲੱਪੇਂਦਾ ਕੀ ਕਹੋਗੇ ਦੇਖੋ ਭਾਈ ਬਘੇਲ ਸਿੰਘ ਜੀ ਅੱਜ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਵਟਸਐਪ ਤੇ ਵੇਖੋ ਫੋਟੋਆਂ ਸੰਤ ਜਰਨੈਲ ਸਿੰਘ ਜੀ ਦੀਆਂ ਲਾਈਆਂ ਦਮਦਮੀ ਟਕਸਾਲ ਦੇ ਮੁਖੀ ਦੀਆਂ ਉਹ ਜਿਹੜੇ ਸੀ ਪੋਸ ਸੁਦੀ ਸਤਵੀ ਨੂੰ ਆਗਮਨ ਪੁਰਬ ਵੀ ਮਨਾਉਂਦੇ ਰਹੇ ਸੀ ਦੀ ਦਿਹਾੜੇ ਵੀ ਮਨਾਉਂਦੇ ਰਹੇ ਫੋਟਵਾ ਉਹਨਾਂ ਲੋਕਾਂ ਦੀਆਂ ਲਾਈਆਂ ਤੇ ਵਿਰੋਧ ਜਿਹੜਾ ਬਾ ਸਿਧਾਂਤ ਦਾ ਜਿਹੜਾ ਕਰੀ ਜਾਂਦੇ ਅਸੀਂ ਟਕਸਾਲ ਦੇ ਨਾਲ ਆ ਸੰਤ ਜੀ ਜਿੱਦਾਂ ਕਹਿੰਦੇ ਰਹੇ ਜਾਂ ਜਿੱਦਾਂ ਦਿਹਾੜੇ ਟਕਸਾਲ ਵੱਲੋਂ ਮਨਾਇਆ ਜਾਂਦਾ ਉਹਦੇ ਹੀ ਹੱਕ ਦੀ ਗੱਲ ਕਰਦੇ ਆ ਤੇ ਤੁਸੀਂ ਵੇਖੋ ਪਿਛਲੇ ਦਿਨਾਂ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਨੇ ਜੇ ਗੱਲ ਕੀਤੀ ਅਸੀਂ ਤੇ ਕੀ ਚੀਜ਼ਾਂ ਉਹ ਐਡੇ ਵੱਡੇ ਮਹਾਨ ਕਥਾਵਾਚਕ ਨੇ ਪੰਥ ਦੇ ਤੇ ਉਹਨਾਂ ਦੇ ਜਿਹੜੀਆਂ ਬਰ ਖਿਲਾਫ ਲਿਖ ਲੈ ਕੇ ਉਲਝੂ ਲੋਕਾਂ ਨੇ ਪਾਤਾ ਜੇ ਪ੍ਰਸਿੱਧ ਕਥਾਵਾਚਕ ਭਾਈ ਕਲਵੰਤ ਸਿੰਘ ਲੁਧਿਆਣ ਉਹਨਾਂ ਦੇ ਖਿਲਾਫ ਲੋਕਾਂ ਨੇ ਲਿਖ ਲਿਖ ਕੇ ਪਾਤਾ ਜੇ ਬਾਬਾ ਬੰਤਾ ਸਿੰਘ ਜੀ ਗੱਲ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਲਿਖ ਲਿਖ ਪਾਈ ਜਾਂਦੇ ਨੇ ਮੈਂ ਤੇ ਭਾਈ ਬਘੇਲ ਸਿੰਘ ਸੋਚ ਰਿਆ ਸੀ ਵੀ ਦੁਨੀਆ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਬਖਸ਼ਿਆ ਅਸੀਂ ਕਿਦੇ ਵਿਚਾਰੇ ਆ ਉਹਨਾਂ ਨੇ ਭੂਤਨਾ ਬਤਾਲਾ ਉਹਨਾਂ ਨੂੰ ਜਿਹੜਾ ਲੋਕਾਂ ਨੇ ਕਹਿਤਾ ਔਰ ਇਥੋਂ ਤੱਕ ਸੰਤ ਜਰਨੈਲ ਸਿੰਘ ਜਿੰਨਾ ਚਿਰ ਕੋਮ ਵਿੱਚ ਵਿਚਰੇ ਨੇ ਕੋਮ ਦੇ ਮਹਾਨ ਸ਼ਹੀਦ ਅੱਜ ਦੁਨੀਆ ਪੂਜਦੇ ਆ ਪਰ ਜਦੋਂ ਉਹ ਵਿਚਰ ਕੇ ਜਦੋਂ ਉਹਨਾਂ ਨੇ ਸੰਗਤਾਂ ਦੇ ਵਿੱਚ ਕੰਮ ਕੀਤੇ ਨੇ ਤੇ ਲੋਕ ਉਹਨਾਂ ਨੂੰ ਕਾਂਗਰਸ ਦਾ ਏਜੰਟ ਤੇ ਸਰਕਾਰੀ ਦਾ ਕੀ ਕੁਝ ਬੋਲਦੇ ਰਹੇ ਨੇ ਕਹਿਣ ਦਾ ਮਤਲਬ ਇਹ ਆ ਅ ਤਾਂ ਦੀਆਂ ਲਾਈਨਾਂ ਕਰਦੇ ਹਾਂ ਇਹ ਜ਼ਰੂਰ ਆ ਭਾਈ ਭਗਿਲ ਸਿੰਘ ਜੀ ਜਦੋਂ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਹਾਂ ਜਾਂ ਤੇ ਅਸੀਂ ਆਪਣੇ ਫੇਸ ਤੋਂ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਰਾਹੀਂ ਸੰਗਤਾਂ ਨੂੰ ਨੇ ਆ ਜੇ ਅਸੀਂ ਕਿਤੇ ਪ੍ਰੋਗਰਾਮ ਤੇ ਕਾਲ ਕਰਕੇ ਵੀ ਜਾਂਦੇ ਤੇ ਆਪਣਾ ਨਾਂ ਜਾਂ ਪਛਾਣ ਛਪਾ ਕੇ ਨਹੀਂ ਨਾ ਆਪਣਾ ਪਤਾ ਸਾਰਾ ਕੁਝ ਦੱਸ ਕੇ ਆਪਾਂ ਗੱਲ ਕਰਦੇ ਆ ਠੁੱਕ ਕੇ ਗੱਲ ਕਰੀਦੀ ਆ ਸੱਚ ਦੀ ਗੱਲ ਕਰੀਦੀ ਆ ਸੰਗਤਾਂ ਨੂੰ ਜਿਹੜਾ ਪਤਾ ਇੱਕ ਮੈਂ ਇਹਦੇ ਨਾਲ ਭਾਈ ਭਗਿਲ ਸਿੰਘ ਜੀ ਗੱਲ ਕਰਦਾ ਜਾਵਾਂ ਜਦੋਂ ਕਾਲ ਤੱਕ ਸਭ ਤੇ ਅਟੈਕ ਹੋਇਆ ਤੇ ਕੁਲਦੀਪ ਬਰਾੜ ਨੇ ਉਹਦੇ ਚਗਵਾਈ ਕੀਤੀ ਨਾਲ ਕੁਲਦੀਪ ਬਰਾੜ ਦੇ ਉੱਤੇ ਹਮਲਾ ਹੁੰਦਾ ਤੇ ਉਹ ਸਿੱਖ ਨੌਜਵਾਨ ਤੇ ਬਚੀ ਪੰਥ ਦੀ ਅੱਜ ਵੀ 15 15 20 20 ਸਾਲਾਂ ਲਈ ਬੱਜੇ ਨੇ ਇੱਥੇ ਅੰਦਰ ਤੇ ਕਹਿਣ ਨੂੰ ਨੂ ਤੇ ਲੋਕਾਂ ਨੇ ਬਿਆਨ ਲਾਤੇ ਵੀ ਇਹ ਸਰਕਾਰੀ ਨੇ ਇੱਕ ਜਿਹੜੇ ਸਰਕਾਰੀ ਵੀ ਨਹੀਂ ਤੇ ਜੇਲਾ 'ਚ ਵੀ ਉਹ ਬੈਠੇ ਨੇ ਤੁਸੀਂ ਇਹ ਵੇਖੋ ਜਿਹੜਾ ਬੰਦਾ ਸਰਕਾਰ ਦਾ ਬੰਦਾ ਆਊਗਾ ਹੁਣ ਭਾਈ ਪਰਮਜੀਤ ਸਿੰਘ ਜੀ ਢਾਡੀ ਇਹ 5 ਸਾਲ ਇੰਡੀਆ 'ਚ ਜੇਲ੍ਹ ਕੱਟ ਕੇ ਆਏ ਨੇ ਭਾਈ ਰਘਵੀਰ ਸਿੰਘ ਨੇ 2 ਸਾਲ ਇੱਥੇ ਜੇਲ੍ਹ ਕੱਟੀ ਆ ਸਮਝਦੇ ਗੱਲ ਅਸੀਂ ਹਰ ਪੱਖੋਂ ਪੰਥ ਦੀ ਸੇਵਾ ਵਾਸਤੇ ਹਾਜ਼ਰ ਆ ਸਾਡਾ ਕੰਮ ਆ ਬੰਦੀ ਸਿੰਘਾਂ ਨੂੰ ਭਾਈ ਬਗੇਲ ਸਿੰਘ ਜੀ ਛਡਾਉਣਾ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਦਵਿੰਦਰਪਾਲ ਸਿੰਘ ਦੇ ਭੁੱਲਰ ਨੂੰ ਭਾਈ ਗਰਦੀਪ ਸਿੰਘ ਖਹਿਰਾ ਜੀ ਦੇ ਪਰਿਵਾਰ ਨੂੰ ਭਾਈ ਲਾਲ ਸਿੰਘ ਜੀ ਦੇ ਪਲਵਾਰ ਨੂੰ ਭਾਈ ਦਿਆਲ ਸਿੰਘ ਲਾਹੌਰੀਆ ਜੀ ਦੇ ਪਰਿਵਾਰ ਨੂੰ ਜਿੰਨੇ ਵੀ ਬੰਦੀ ਸਿੰਘ ਨੇ ਇਹਨਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪੁੱਛੋ ਭਾਈ ਰਗਵੀਰ ਸਿੰਘ ਭਾਈ ਪਰਮਜੀਤ ਸਿੰਘ ਟਾਡੀ ਜਾਂ ਇੰਟਰਨੈਸ਼ਨਲ ਪੰਥਕ ਦਲ ਜਿਹੜੀ ਜਥੇਬੰਦੀ ਆ ਉਹਨਾਂ ਨੂੰ ਛਡਾਉਣ ਵਾਸਤੇ ਕਿੱਦਾਂ ਕਿੱਦਾਂ ਤੇ ਕੀ ਕੀ ਯਤਨ ਕਰ ਰਹੇ ਭਾਈ ਭੁੱਲਰ ਸਾਹਿਬ ਦੀ ਵਾਈਫ ਨੂੰ ਤੁਸੀਂ ਪੁੱਛ ਕੇ ਵੇਖ ਲਿਓ ਨਤਾਰਾ ਜਿਹੜਾ ਆਪੇ ਹੋ ਜਾਏਗਾ ਜੀ ਪਾਈਕ ਕਪਤਾਨ ਸਿੰਘ ਜੀ ਮੈਂ ਬਹੁਤਾ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਪ ਜੀ ਦੇ ਵੱਲ ਆਵਾਂ ਤੇ ਅੰਤ ਦੇ ਵਿੱਚ ਜੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਕੋਈ ਕਿਵੇਂ ਫੇਸਬੁੱਕ ਦੇ ਪੇਜ ਵੀ ਹਨ ਕਿ ਜਿਨ੍ਹਾਂ ਨੂੰ ਕਿ ਇੱਕ ਨਿਊਜ਼ ਦਾ ਨਾਮ ਦਿੱਤਾ ਗਿਆ ਤੇ ਨਾਂ ਵੀ ਸਿੱਖਾਂ ਵਾਲੇ ਰੱਖੇ ਨੇ ਕੋਈ ਖਾਲਸਾ ਤੇ ਕੋਈ ਕੁਛ ਤੇ ਕੋਈ ਕੁਛ ਪਰ ਕਦੇ ਵੀ ਉਹਨਾਂ ਨੇ ਉਹ ਕਿਸੇ ਚੀਜ਼ ਦੀ ਪੜਤਾਲ ਨਹੀਂ ਕੀਤੀ ਜਿਹੜੀ ਫੋਟੋ ਹੱਥ ਲੱਗੇ ਉਸ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਲਾਈਕ ਵੱਧ ਤੋਂ ਵੱਧ ਅਸੀਂ ਲੈ ਲਈਏ ਸੋ ਉਹਨਾਂ ਲੋਕਾਂ ਨੂੰ ਤਾਂ ਖਾਸ ਤੌਰ ਤੇ ਜਿਹੜੇ ਬੰਦੇ ਚਿਹਰਾ ਛੁਪਾ ਕੇ ਜਿੱਦਾਂ ਭਗਤ ਸਿੰਘ ਟਾੜੀ ਉਹਨਾਂ ਨੇ ਗੱਲ ਕੀਤੀ ਕਿ ਨਾਂ ਤੇ ਆਪਣਾ ਨਾਂ ਦੱਸਣਾ ਤੇ ਨਾਂ ਸਾਹਮਣੇ ਆਉਣਾ ਇੱਕ ਜਿਸ ਤਰ੍ਹਾਂ ਚੂਹੇ ਦੀ ਨਿਆਈ ਹੁੰਦੇ ਹਨ ਕਿ ਖੋਡ ਚੋਂ ਨਿਕਲੇ ਤੇ ਕੁਤਰਾ ਕਰਕੇ ਵਾਪਸ ਫਿਰ ਜਾਵੜੇ ਸਾਹਮਣੇ ਨਹੀਂ ਆਉਣਾ ਕੀ ਸੁਨੇਹਾ ਦੇਵ ਤੁਹਾਡੇ ਕੋਲੋਂ ਉਹਨਾਂ ਨੂੰ ਕੋਈ ਹੈ ਸੀ ਗੱਲਬਾਤ ਕੇ ਤੁਸੀਂ ਮੀਡੀਆ ਤੇ ਜਾਂ ਕਿਸੇ ਪਾਸੇ ਉਹਨਾਂ ਨੂੰ ਮਿਲ ਸਕਦੇ ਹੋ ਭਾਈ ਭਗੇਲ ਸਿੰਘ ਜੀ ਮੈਂ ਇਹ ਬੇਨਤੀ ਕਰਨਾ ਜਾਂ ਦੁਨੀਆ ਦੇ ਕਿਸੇ ਕੋਨੇ ਤੇ ਕਿਸੇ ਮੀਡੀਆ ਤੇ ਕਿਸੇ ਸੋਸ਼ਲ ਮੀਡੀਆ ਦੇ ਜਿੱਥੇ ਮਰਜ਼ੀ ਬੈ ਕੇ ਉਹ ਸਾਡੇ ਵੀਰ ਭਰਾ ਸਾਡੇ ਨਾਲ ਡਿਬੇਟ ਕਰ ਦੇਣ ਜੇ ਉਹਨਾਂ ਕੋਲ ਪ੍ਰੂਫ ਆ ਸਾਹਮਣੇ ਰੱਖ ਲੈਣ ਕਿਸੇ ਗੁਰਦੁਆਰੇ 'ਚ ਕਿਤੇ ਵੀ ਆ ਜਾਣ ਅਸੀਂ ਹਰ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਤਿਆਰ ਹਾਂ ਜਿੱਦਾਂ ਦਾ ਮਰਜ਼ੀ ਪੱਖ ਰੱਖ ਲੈਣ ਪੰਥ ਦਾ ਫੈਸਲਾ ਉਹਦਾ ਮੁੜ ਕੇ ਜਿਹੜਾ ਉਹ ਪੰਥ ਕਰੇਗਾ ਅਸੀਂ ਕਦੇ ਵੀ ਜਦੋਂ ਵੀ ਪ੍ਰੋਗਰਾਮ ਕੀਤੇ ਸੱਚ ਹੱਕ ਦੀ ਭਾਈ ਭਗੇਲ ਸਿੰਘ ਜੀ ਗੱਲ ਕਰੀਦੀ ਆ ਜਿਹੜੀ ਵੀ ਗੱਲ ਕਰਨੀ ਆ ਸਾਹਮਣੇ ਕਰੀਦੀ ਕਦੀ ਲੋਕਾਂ ਨੇ ਗੱਲ ਨਹੀਂ ਕੀਤੀ ਲੋਕ ਸਾਡੇ ਸੱਚ ਬੋਲਣ ਤੋਂ ਉਹਨਾਂ ਲੋਕਾਂ ਨੂੰ ਗੁਵਾਰਾ ਨਹੀਂ ਪਾਉਂਦਾ ਕਿਉਂਕਿ ਲੋਕਾਂ ਨੇ 30 30 40 40 ਸਾਲ ਤੋਂ ਕੇਵਲ ਨਾਅਰੇ ਮਾਰ ਕੇ ਤੇ ਰੌਲਾ ਪਾ ਕੇ ਰੋਟੀਆਂ ਸੇਕੀਆਂ ਨੇ ਤੇ ਜਦੋਂ ਅਸੀਂ ਇਹ ਗੱਲ ਕਹਿੰਨੇ ਭਾਈ ਨਾਅਰਿਆਂ ਨਾਲ ਗੱਲ ਨਹੀਂ ਬਣਨੀ ਜਿੱਥੇ ਮੰਜ਼ਲ ਬਣਾਉਣੀ ਹੈ ਉਹ ਜ਼ਮੀਨ ਤੇ ਜਾਣਾ ਪੈਣਾ ਇਹ ਲੋਕਾਂ ਨੂੰ ਜਿਹੜੀ ਗੱਲ ਜਿਹੜੀ ਪਾਉਂਦੀ ਨਹੀਂ ਭਾਈ ਭਗਿਲ ਸਿੰਘ ਜੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਕਿਸੇ ਵੀ ਮੀਡੀਆ ਦੇ ਸਾਨੂੰ ਸੱਦ ਲੋ ਅਸੀਂ ਜਿਹੜਾ ਜੇ ਉਹ ਨਹੀਂ ਆ ਸਕਦਾ ਜੇ ਉਹ ਆ ਜਾਣ ਜਿਉਂ ਆਇਆਂ ਨੂੰ ਨਹੀਂ ਤੇ ਸਾਨੂੰ ਸੱਦ ਲੈਣਾ ਸੀ ਜਿੱਥੇ ਵੀ ਕਹਿਣ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਤੋ ਭਾਈ ਬਰਮਜੀਤ ਸਿੰਘ ਜੀ ਆਪ ਜੀ ਨੇ ਆਖਿਰ ਦੇ ਵਿੱਚ ਕੋਈ ਸੁਨੇਹਾ ਸੰਗਤ ਦੇ ਵਾਸਤੇ ਕਿਉਂਕਿ ਜਿਹੜੀ ਤਾਂ ਸੰਗਤ ਸੂਝਵਾਨ ਹੈ ਜਿਹੜੇ ਲੋਕ ਪੰਥ ਦੇ ਨਾਲ ਬਵਸਤਾ ਨੇ ਖਬਰਾਂ ਦੇ ਰਾਹੀ ਜਾਂ ਪੰਥ ਦੀਆਂ ਗਤੀਵਿਧੀਆਂ ਦੇ ਰਾਹੀ ਉਹਨਾਂ ਨੂੰ ਕੋਈ ਸੁਨੇਹਾ ਜਾਂ ਬੇਨਤੀ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਜਾਣਦੇ ਨੇ ਕਿ ਪੰਥ ਦੇ ਵਾਸਤੇ ਕੌਣ ਕਿੰਨਾ ਤੇ ਕਿੱਥੇ ਕਰ ਰਿਹਾ ਤੇ ਜਿਹੜੀ ਆਮ ਸੰਗਤ ਹੈ ਜਿਨ੍ਹਾਂ ਦਾ ਕਈ ਵਾਰ ਇਸ ਸੰਘਰਸ਼ ਦੇ ਨਾਲ ਕੋਈ ਬਹੁਤਾ ਜ਼ਿਆਦਾ ਰابطਾ ਨਹੀਂ ਹੁੰਦਾ ਜਾਂ ਕੋਈ ਆਮ ਸਿੱਖ ਜਿਹੜੇ ਕਾਰੋਬਾਰੀ ਲੋਕ ਨੇ ਜਦੋਂ ਉਹਨਾਂ ਦੇ ਸਾਹਮਣੇ ਕੋਈ ਤਸਵੀਰ ਆ ਜਾਂਦੀ ਹੈ ਤਾਂ ਉਹਨੂੰ ਉਹ ਸੱਚ ਮੰਨ ਲੈਂਦੇ ਨੇ ਉਹਨਾਂ ਵਾਸਤੇ ਕੋਈ ਸੁਨੇਹਾ ਤੁਹਾਡਾ ਕੀ ਕਹੋ ਮਗੇਲ ਸਿੰਘ ਜੀ ਜਿਹੜੀ ਗੱਲ ਅਸਲੀਅਤ ਹੈ ਨਾ ਉਹ ਕਿਸੇ ਤੋਂ ਛੁਪੀ ਨਹੀਂ ਹੁਣ ਅਸੀਂ ਇੱਥੇ ਮੈਂ ਗੁਰਦਾਰਾ ਸਟ੍ਰੀਟਸ ਕਤਰਿਆ ਅਸੀਂ ਸ਼ੈਨ ਕਰਵਾਏ ਆ ਸਾਰਿਆਂ ਨੇ ਐਮਪੀਆਂ ਨੂੰ ਚਿੱਠੀਆਂ ਭੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਜੱਗੀ ਦੇ ਹੱਕ ਦੇ ਵਿੱਚ ਕਿਉਂ ਉਹਨੂੰ ਜਿਹੜਾ ਨਿਰਦੋਸ਼ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇੰਨੇ ਦਿਨਾਂ ਦਾ ਵਾਂਂ ਤੇ ਚੱਲ ਰਿਹਾ ਤੇ ਇਹ ਉਧਰ ਨੂੰ ਤਾਂ ਕੋਈ ਕੰਮ ਕਰਨ ਨੂੰ ਤਾਂ ਤਿਆਰ ਨਹੀਂ ਤੇ ਸਿਰਫ ਸ਼ੋਸ਼ਲ ਮੀਡੀਆ ਤੇ ਪਾ ਕੇ ਫਿਰ ਇੰਨੀ ਪਸਾਤਾ ਵੀ ਤੁਸੀਂ ਛਿੜਾ ਕੇ ਤੁਸੀਂ ਜਾਓ ਮੋਰੇ ਸਾਹਮਣੇ ਮੂੰਹ ਦਿਖਾ ਲ ਕੇ ਆਓ ਵੀ ਅਸੀਂ ਛੜਾਉਣ ਚੱਲੇ ਆਂ ਠੀਕ ਹੈ ਨਾ ਤੇ ਜੇ ਅਸੀਂ ਨਾ ਇਹਨਾਂ ਦੇ ਮੋਢਾ ਨਾ ਮੋਢਾ ਲਾਵਾਂ ਇਹ ਅਸਲ ਵਿੱਚ ਸਿੱਖ ਨਹੀਂਗੇ ਜੇ ਸੇਖੋ ਵੀ ਸੇਖੇ ਸਿੱਖ ਦੀ ਬਾਤ ਇਦਾਂ ਲੱਤਾਂ ਨਹੀਂ ਪਛਾਣੂ ਖੇਚਦਾ ਇਹ ਸਿਰ ਬਹਿਰੂਪੀਏ ਆ ਤੇ ਇਹਨਾਂ ਨੇ ਬੁਰਕੇ ਪਾਇਆ ਤੇ ਇਹਨਾਂ ਦਾ ਜਿਹੜਾ ਦਾਲ ਫੁਰਕਾ ਬੰਦ ਹੁੰਦਾ ਜਦੋਂ ਅਸੀਂ ਸੱਚੀ ਗੱਲ ਕਰਦੇ ਆਂ ਤੇ ਇਹ ਇਸੇ ਤੋਂ ਡਰਦੇ ਆ ਕਿਉਂਕਿ ਇਹਨਾਂ ਦਾ ਕਈ ਕਈ ਫੰਡ ਖੋਲੇ ਹੋਏ ਅਸੀਂ ਜੀ ਆ ਕਰਦੇ ਅਸੀਂ ਉਹ ਕਰਦੇ ਅਸੀਂ ਜੀ ਆ ਕਰਦੇ ਆ ਸਾਰਾ ਕਪੜਾ ਹੋ ਰਿਹਾ ਉਹ ਆਪਣੇ ਨੂੰ ਡਰਦੇ ਹੀ ਕਈ ਵਾਰੀ ਹੈ ਨਾ ਕਿਸੇ ਨੂੰ ਆਪਣੇ ਡਰ ਦੇ ਨਾਲ ਹੀ ਭੱਜਾ ਨਠਾ ਫਿਰਦਾ ਉਹ ਇਹਨਾਂ ਦੀ ਹਾਲਾਤ ਹੋਈ ਹੋਈ ਆ ਪਈ ਹੁਣ ਜਿਹੜਾ ਅਸਲੀ ਕੰਮ ਕਰਦੇ ਆ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗਿਆ ਅਸੀਂ ਮੈਂ ਹੁਣ ਜੇਲ੍ਹਾਂ 'ਚ ਵੀ ਸਾਰਿਆਂ ਨੂੰ ਜਿੰਨੇ ਬੰਦੇ ਆਉਂਦੇ ਆ ਹੁਣ ਬਲਬੀਰ ਸਿੰਘ ਭੂਤਨਾ ਜੇਲ੍ਹ ਤੋਂ ਆਇਆ ਅਸੀਂ ਉਹ ਸਾਰਿਆਂ ਨਾਲ ਰਾਤਵਾ ਚੋਰੀ ਨਹੀਂ ਸਾਹਮਣੇ ਆ ਸਾਡਾ ਹੱਕ ਮੰਗਦਾ ਅਸੀਂ ਉਹਨਾਂ ਦੀ ਪੈਰ ਵਾਈ ਕਰਦੇ ਅਸੀਂ ਚੋਰੀ ਥੋੜਾ ਕਰਦੇ ਆ ਅਸੀਂ ਉਹਨਾਂ ਨੂੰ ਮਿਲਦੇ ਆ ਸਾਨੂੰ ਪੁੱਛਦੇ ਪੁਲਿਸ ਸਾਹਿਬ ਤੁਸੀਂ ਮਿਲਦੇ ਮਿਲਦੇ ਆ ਜੇ ਚੋਰੀ ਕਰਾਂਗੇ ਫਿਰ ਦੇਖਣਗੇ ਬਖਾਨੀ ਕੀ ਕਾਤੇ ਮਿਲਦੇ ਕੀ ਮਿਲਦੇ ਸਾਹਮਣੇ ਮਿਲੋ ਡਰਦੇ ਆ ਇਹ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸੋ ਭਾਈ ਕਪਤਾਨ ਸਿੰਘ ਜੀ ਤੁਸੀਂ ਅਖੀਰ ਦੇ ਵਿੱਚ ਮੇਰੇ ਖਾਲ ਕੁਝ ਕਹਿਣਾ ਚਾਹੁੰਦੇ ਭਾਈ ਭਗਵਾਨ ਸਿੰਘ ਜੀ ਮੈਂ ਤੇ ਇਹ ਸੰਗਤਾਂ ਨੂੰ ਜਿਹੜਾ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਜਿਹੜੀਆਂ ਸੰਗਤਾਂ ਸਾਨੂੰ ਮੀਡੀਆ ਦੇ ਜਿਹੜੇ ਜੀ ਉੱਦਾਂ ਜਾਣਦੀਆਂ ਸੰਗਤਾਂ ਉਹਨਾਂ ਨੂੰ ਪਤਾ ਵਾ ਪਰ ਮੈਂ ਇਹ ਜ਼ਰੂਰ ਦੇਣਾ ਚਾਹੁੰਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਨਾ ਸਾਡੀਆਂ ਦੇ ਫੋਟੋਆਂ ਦੀਆਂ ਇੱਥੋਂ ਤੱਕ ਜਿਹੜੀ ਬੱਚੀ ਕਿਸੇ ਨੇ ਪਾਤਰ ਬਣਾ ਕੇ ਪਿੱਛੇ ਜੇ ਇੱਕ ਵੀਡੀਓ ਆਈ ਸੀ ਆਪਣੀ ਜਿਹੜੀ ਵੇਖੋ ਔਰਤ ਆ ਜਾਂ ਕਿਸੇ ਦੀ ਧੀ ਹੋਏਗੀ ਜਾਂ ਨੌ ਹੋਏਗੀ ਜਾਂ ਬੱਚੀ ਹੋਏਗੀ ਜਾਂ ਕਿਸੇ ਦੀ ਘਰਵਾਲੀ ਹੋਏਗੀ ਉਹਨੂੰ ਪਾਤਰ ਬਣਾ ਬਣਾ ਕੇ ਕਿਸੇ ਹੋਰ ਦੀਆਂ ਜਨਾਨੀਆਂ ਬਣਾ ਬਣਾ ਕੇ ਵੀ ਲੋਕਾਂ ਨੇ ਪੇਸ਼ ਕੀਤਾ ਮੇਰੇ ਕਹਿਣ ਦਾ ਮਤਲਬ ਸਾਡੇ ਪਰਿਵਾਰਕ ਜੀਆਂ ਨੂੰ ਵੀ ਟਾਰ ਨਾਲ ਬਣਾ ਬਣਾ ਕੇ ਜਿਹੜਾ ਵਾ ਲੋਕਾਂ ਨੇ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੂੜ ਦਾ ਪ੍ਰਚਾਰ ਕੀਤਾ ਵੀ ਇਹ ਆਪਣੇ ਰਸਤੇ ਤੋਂ ਥਿੜਕਣ ਆਪਣੇ ਮਿਸ਼ਨ ਤੋਂ ਥਿੜਕਣ ਕੋਈ ਜੋ ਮਰਜ਼ੀ ਜਿੰਨਾ ਮਰਜ਼ੀ ਸਾਡਾ ਸਾਨੂੰ ਬਦਨਾਮ ਕਰਨ ਦਾ ਕੂੜ ਦਾ ਕੋਈ ਪ੍ਰਚਾਰ ਕਰ ਲੇ ਸਾਡਾ ਕੋਈ ਉਹਦਾ ਨੁਕਸਾਨ ਕਰ ਲੇ ਘਾੜੀਆਂ ਗੱਡੀਆਂ ਤੇ ਲੀਕਾਂ ਵੀ ਵੱਜੀਆਂ ਗੱਡੀਆਂ ਵੀ ਸਾਡੀਆਂ ਭਨ ਭਨ ਲੋਕਾਂ ਨੇ ਵੇਖ ਲਈਆਂ ਜਿੰਨਾ ਮਰਜ਼ੀ ਨੁਕਸਾਨ ਭਾਵੇਂ ਸਾਡੇ ਘਰ ਭਨ ਕੇ ਜੋ ਮਰਜ਼ੀ ਕੋਈ ਨੁਕਸਾਨ ਕਰ ਲੇ ਪਰ ਅਸੀਂ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਹੋਂਦ ਦਾ ਦਿੱਤਾ ਹੋਇਆ ਮਿਸ਼ਨ ਹੈ ਟਕਸਾਲ ਦੇ ਨਾਲ ਤੇ ਸੰਤਾਂ ਦੇ ਪਰਿਵਾਰ ਦੇ ਨਾਲ ਖੜੇ ਆ ਤੇ ਹੱਕ ਸੱਚ ਵਾਸਤੇ ਤੇ ਉਹਨਾਂ ਦੇ ਮਿਸ਼ਨ ਵਾਸਤੇ ਅਸੀਂ ਜਦੋਂ ਜਾਇਦ ਜਿੰਨਾ ਚਿਰ ਸਾਡੇ ਚ ਸਾਹ ਨੇ ਉਹ ਅਸੀਂ ਜਦੋਂ ਜਾਇਦ ਪੂਰੀ ਕਰਦੇ ਰਵਾਂਗੇ ਗੁਰੂ ਕਿਰਪਾ ਕਰੇ ਨਬੇੜਾ ਗੁਰੂ ਸਾਹਿਬ ਨੇ ਕਰਨਾ ਜਿਹੜਾ ਪੰਥ ਜਾਂ ਕੋਮ ਦਾ ਨੁਕਸਾਨ ਕਰੇਗਾ ਉਹਦਾ ਬੇੜਾ ਗਰਕ ਹੋਣਾ ਤੇ ਜਿਹੜਾ ਕਿਸੇ ਨੂੰ ਉਦਾਂ ਬਦਨਾਮ ਕਰੇਗਾ ਉਹਦਾ ਵੀ ਹੋਣਾ ਕਿਉਂਕਿ ਇਹ ਕਰ ਕਰੇ ਸੋਇਆ ਕਰ ਪਾਏ ਬਾਣੀ ਦਾ ਫੈਸਲਾ ਜਿਹੜਾ ਕਰੂਗਾ ਉਹ ਜਿਹੜਾ ਭਰੂਗਾ ਬਾਕੀ ਸੰਗਤਾਂ ਦਾ ਸਾਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਤੇ ਸੰਗਤਾਂ ਨੇ ਸਾਨੂੰ ਕਿਹਾ ਭਾਈ ਤੇ ਜਰੂਰ ਪ੍ਰੋਗਰਾਮ ਕਰਕੇ ਦਿਓ ਨਹੀਂ ਤੇ ਅਸੀਂ ਇਹਨਾਂ ਗੱਲਾਂ ਵੱਲ ਵੇਖਦੇ ਨਹੀਂ ਕਿਉਂਕਿ ਹਾਥੀ ਜੇ ਆਸੇ ਪਾਸੇ ਵੇਖੇ ਤੇ ਆਪਣੀ ਤੋਰ ਨਹੀਂ ਤੁਰ ਸਕਦਾ ਅਸੀਂ ਹਾਥੀ ਵਾਲੀ ਤੋਰ ਤੁਰਨ ਦਾ ਯਤਨ ਕੀਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸੰਗਤਾਂ ਦੇ ਰੂਪ ਰੂ ਕਰਾਇਆ ਜੀ ਤੋਂ ਸੰਗਤ ਜੀ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਅਸੀਂ ਸਮਾਪਤੀ ਕਰਾਂਗੇ ਸੋ ਬਹੁਤ ਸੋਹਣੇ ਵਿਚਾਰ ਜਿਹੜੇ ਨੇ ਜਾਂ ਆਪਣਾ ਪੱਖ ਜਿਹੜਾ ਸਾਡੇ ਦੋਵਾਂ ਵੀਰਾਂ ਨੇ ਦਿੱਤਾ ਸੋ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦੇ ਜਾਈਏ ਕਿ ਆਵਾਜ਼ੇ ਕੌਮ ਟੀਵੀ ਦੇ ਰਾਹੀਂ ਆਪ ਜੀ ਦੇ ਨਾਲ ਜਿਹੜਾ ਪ੍ਰੋਗਰਾਮ ਸਾਂਝਾ ਕੀਤਾ ਗਿਆ ਇਹਨਾਂ ਨੂੰ ਵੀ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਇਹਨਾਂ ਦੇ ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਤੁਸੀਂ ਉਹ ਸਾਰੀ ਹੱਕ ਦੀ ਤੇ ਸੱਚ ਦੀ ਆਵਾਜ਼ ਨੂੰ ਸੁਣਨ ਦਾ ਯਤਨ ਕਰੋ ਤੇ ਖਾਸ ਤੌਰ ਤੇ ਜਿਹੜੀ ਗੱਲ ਭਾਈ ਕਪਤਾਨ ਸਿੰਘ ਨੇ ਕਹੀ ਇੱਕ ਆਖਰੀ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਦੇ ਜਾਈਏ ਕਿ ਥੋੜੇ ਸਮੇਂ ਤੋਂ ਸ੍ਰੀ ਦਸਮ ਗ੍ਰੰਥ ਦੇ ਵਿੱਚ ਖੋਲਣ ਤੋਂ ਝਿਜਕਦੇ ਨੇ ਜਾਂ ਉਹਨਾਂ ਤੇ ਗੱਲ ਨਹੀਂ ਕੀਤੀ ਜਾਂਦੀ ਆਵਾਜ਼ੇ ਕੌਮ ਟੀਵੀ ਨੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਵੀ ਕੀਤੀ ਹੈ ਤੇ ਖਾਸ ਤੌਰ ਦੇ ਉੱਪਰ ਸ੍ਰੀ ਦਸਮ ਗ੍ਰੰਥ ਦੀ ਜਿਹੜੀ ਲੜੀਵਾਰ ਕਥਾ ਦੇ ਰਾਹੀਂ ਤੇ ਪ੍ਰਚਾਰ ਦੇ ਰਾਹੀਂ ਆਪ ਜੀ ਦੇ ਘਰ ਘਰ ਤੱਕ ਆਵਾਜ਼ ਪਹੁੰਚਾਈ ਜਾਂਦੀ ਹੈ ਉਹਦੇ ਵਾਸਤੇ ਦਾਸ ਨੂੰ ਵੀ ਜਿਹੜਾ ਬਹੁਤ ਵਾਰੀ ਇਹੋ ਜੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿ ਇਹਨਾਂ ਦੀ ਜ਼ੁਬਾਨ ਬੰਦ ਕੀਤੀ ਜਾਵੇ ਜਾਂ ਇਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਤੋਂ ਰੋਕਿਆ ਜਾਵੇ ਪਰ ਇਹ ਪ੍ਰੋਗਰਾਮ ਗੁਰੂ ਕਲਗੀਧਰ ਪਿਤਾ ਜੀ ਦੀ ਅਸ਼ੀਰਵਾਦ ਸਦਕਾ ਤੇ ਦਮਦਮੀ ਟਕਸਾਲ ਜਿਸ ਸਿਧਾਂਤ ਤੇ ਪਹਿਰਾ ਦੇ ਰਹੀ ਹੈ ਉਸੇ ਸਿਧਾਂਤ ਦੇ ਨਾਲ ਖੜੇ ਹੋ ਕੇ ਪਹਿਰਾ ਦਿੰਦੇ ਆ ਜਿਹੜੇ ਉਹ ਚੱਲ ਰਹੇ ਨੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਇਸੇ ਤਰੀਕੇ ਦੇ ਨਾਲ ਚੱਲਣਗੇ ਪੰਥ ਦੇ ਲੋਕੀ ਹਮੇਸ਼ਾ ਮੂੰਹ ਦੀ ਖਾਂਦੇ ਰਹੇ ਨੇ ਤੇ ਆਉਣ ਵਾਲੇ ਦੇ ਸਮੇਂ ਦੇ ਵਿੱਚ ਵੀ ਉਹ ਜਿਹੜੇ ਖਾਂਦੇ ਰਹਿਣਗੇ ਜੀ ਸੋ ਹੋਈਆਂ ਬੇਨਤ ਗਲਤੀਆਂ ਭੁੱਲਾਂ ਦੀ ਆਪ ਜੀ ਦੇ ਪਾਸੋਂ ਖੇਮਾਂ ਤੇ ਆਉਣ ਵਾਲੇ ਅਗਲੇ ਸਮੇਂ ਅਨੁਸਾਰ ਜਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਨਗੇ ਪੰਥ ਦੀ ਸੇਵਾ ਤੇ ਕੌਮ ਦੀ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਜੀ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ